ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪੂਰੇ ਵਰਲਡ ਦੇ ਵਿੱਚ ਹੀ ਬੁਰਾ ਹਾਲ ਹੈ, ਲਾਈਕ ਇੰਡੀਆ 'ਚ ਵੀ ਆਪਾਂ ਕਹਿ ਸਕਦੇ ਕਿ ਸਾਰਿਆਂ ਨੂੰ ਹੀ ਪਤਾ ਵਰਲਡ ਦੇ ਵਿੱਚ ਜੋ ਸਿਚੁਏਸ਼ਨ ਚੱਲ ਰਹੀ ਹੈ, ਉਸੇ ਤਰ੍ਹਾਂ ਹੁਣ ਮਲੇਸ਼ੀਆ ਦੇ ਵਿੱਚ ਵੀ ਡੇਲੀ ਬੇਸਿਸ ਤੇ ਥੋੜੇ ਥੋੜੇ ਕੇਸਸ ਵੱਧ ਰਹੇ ਆ, ਸਾਡੇ ਨੀਅਰ ਬਾਏ ਵੀ ਥੋੜੇ ਬਹੁਤ ਕੇਸਸ ਥੋੜੇ ਨਹੀਂ ਥੋੜੇ ਜ਼ਿਆਦਾ ਕੇਸਸ ਆ ਚੁੱਕੇ ਨੇ, ਤਾਂ ਅਸੀਂ ਆਪਣੇ ਆਪ ਨੂੰ ਸੇਫ ਰੱਖਣ ਲਈ ਅਸੀਂ ਬਹੁਤ ਘੱਟ ਨੀਚੇ ਜਾਂਦੇ ਹਾਂ, ਤੀਸਰੇ ਚੌਥੇ ਦਿਨ ਜਾਂਦੇ ਹਾਂ ਜਾ ਕੇ ਜੋ ਰਿਕੁਆਇਰਮੈਂਟਸ ਹੈ ਆਪਣੀਆਂ ਘਰ ਦੀਆਂ ਜਾਂ ਬੱਚੇ ਦੀਆਂ ਉਹ ਲੈ ਕੇ ਆ ਜਾਂਦੇ ਹਾਂ, ਜ਼ਰੂਰਤ ਹੈ ਤਾਂ ਜਾਣਾ ਹੀ ਪੈਂਦਾ ਪਰ ਅਸੀਂ ਅਵੋਇਡ ਹੀ ਕਰਦੇ ਹਾਂ, ਜਿੱਦਾਂ ਉਹ ਵੀ ਅਸੀਂ ਆਪਣੀ ਬਿਲਡਿੰਗ ਦੀ ਮਾਰਕੀਟ 'ਚ ਜਾਂਦੇ ਹਾਂ, ਅਸੀਂ ਬਾਹਰ ਆਊਟ ਆਫ ਬਿਲਡਿੰਗ ਨਹੀਂ ਜਾ ਰਹੇ ਕਿਉਂਕਿ ਅਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਬਟ ਅਸੀਂ ਫੇਰ ਵੀ ਇਹ ਚੀਜ਼ ਕਹਾਂਗੇ ਕਿ ਜਿੱਦਾਂ ਉਹਨੇ ਕਿ ਰੋਡ ਬਲੌਕ ਲੱਗੇ ਆ, ਪੁਲਿਸ ਖੜੀ ਹੈ, ਗਵਰਨਮੈਂਟ ਕੰਮ ਕਰ ਰਹੀ ਆ, ਤਾਂ ਦੇ ਡਿਡ ਵੈਰੀ ਵੈਲ, ਇਹ ਜੋਬ ਬਹੁਤ ਵਧੀਆ ਕਰ ਰਹੇ ਆ, ਸਾਡਾ ਇਹਨਾਂ ਨੂੰ ਸਲੂਟ ਆ ਕਿ ਅੱਗੇ ਵਾਂਗੂ ਜਿਹੜਾ ਰਾਤ ਤੇ ਖੜੇ ਆ ਧੁੱਪ ਦੇ ਵਿੱਚ ਖੜੇ ਹੋਣਾ, ਤੁਹਾਨੂੰ ਸਾਡੀ ਇਸ ਕਲਿੱਪ ਤੋਂ ਬਾਅਦ ਇੱਕ ਕਲਿੱਪ ਵੀ ਲਗਾ ਕੇ ਦਿੱਤੀ ਜਾ ਰਹੀ ਹੈ ਜਿਸ ਤੋਂ ਦਿਖਾਵਾਂਗੇ ਕਿ ਮਤਲਬ ਬਿਲਕੁਲ ਅਸੀਂ ਆਪਣੀ ਬਾਲਕਨੀ ਤੋਂ ਕਲਿੱਪ ਲੈਤੀ ਹੈ ਕਿ ਕਿੰਨੀ ਜ਼ਿਆਦਾ ਪੁਲਿਸ ਖੜੀ ਹੁੰਦੀ ਹੈ, ਕਿਸ ਲੈਵਲ ਤੇ ਚੈਕਿੰਗ ਹੁੰਦੀ ਹੈ, ਅਗਰ ਉਹ ਆਪਣਾ ਇੰਨਾ ਬੈਸਟ ਦੇ ਰਿਹਾ ਤਾਂ ਸਾਡਾ ਫਰਜ਼ ਬਣਦਾ ਅਸੀਂ ਆਪਣੇ ਘਰੇ ਰਹੀਏ ਸੇਫ ਰਹੀਏ ਕਿਉਂਕਿ ਉਹ ਸਾਡੇ ਲਈ ਕਰ ਰਹੇ ਹੈ, ਬਿਲਕੁਲ ਛੋਟਾ ਜਿਹਾ ਕੁਝ ਸੈਕਿੰਡ ਦਾ ਕਲਿੱਪ ਤੁਹਾਨੂੰ ਦਿਖਾਵਾਂਗੇ ਤਾਂ ਕਿ ਤੁਹਾਨੂੰ ਐਸਟੀਮੇਟ ਹੋ ਜਾਏ ਕਿ ਤੁਸੀਂ ਸਮਝ ਸਕੋ ਕਿ ਹਾਂ ਵਾਕਈ ਇਹ ਪ੍ਰਿੰਸ ਹੈ, ਐਸਓਪੀ ਨੂੰ ਫੋਲੋ ਕਰੋ, ਉਹਨਾਂ ਦੇ ਰੂਲਸ ਨੂੰ ਮੰਨੋ ਤੇ ਆਪਣੇ ਆਪ ਨੂੰ ਵੀ ਪ੍ਰੋਟੈਕਟ ਕਰੋ ਕਿਉਂਕਿ ਫਾਈਨਲੀ ਉਹ ਸਭ ਕੁਝ ਤੁਹਾਡੇ ਲਈ ਕਰ ਰਿਹਾ ਹੈ, ਔਰ ਇੱਕ ਪੁਲਿਸ ਰੋਡ ਜੋਬ ਦੀ ਕਲਿੱਪ ਤੋਂ ਬਾਅਦ ਤੁਹਾਨੂੰ ਇੱਕ ਹੋਰ ਕਲਿੱਪ ਦਿਖਾਇਆ ਜਾਏਗਾ ਜਿਹਦੇ ਵਿੱਚ ਤੁਸੀਂ ਦੇਖੋਗੇ ਕਿ ਨੀਚੇ ਮਾਰਕੀਟ ਡਾਊਨ ਕੀ ਹਾਲ ਹੈ, ਬਹੁਤ ਰੇਅਰ ਲੋਕ ਉਤਰਦੇ ਆ, ਬਹੁਤ ਘੱਟ ਲੋਕ ਆਉਂਦੇ ਆ, ਆਪਣਾ ਸਮਾਨ ਜ਼ਰੂਰੀ ਲੈਣ ਆਉਂਦੇ ਵਾਪਸ ਚਲੇ ਜਾਂਦੇ, ਡਾਈਨ ਇਨ ਬੰਦ ਹੋ ਚੁੱਕਿਆ ਹੈ, ਔਰ ਅੱਜ ਹੈਗਾ ਫਰਾਈਡੇ, ਅੱਜ ਫਰਾਈਡੇ ਨੂੰ 21st of May ਨੂੰ ਅਸੀਂ ਅੱਜ ਇਹ ਵੀਡੀਓ ਸ਼ੂਟ ਕਰ ਰਹੇ ਹਾਂ, ਪਤਾ ਨਹੀਂ ਮਿਲੂਗੀ ਕਦੋਂ ਤੁਹਾਨੂੰ ਕਿਉਂਕਿ ਥੋੜਾ ਜਿਹਾ ਨੈਟ ਇਸ਼ੂ ਹੈ, ਜਦੋਂ ਵੀ ਅਪਲੋਡ ਹੋਏਗੀ ਤੁਹਾਨੂੰ ਦਿਖਾਵਾਂਗੇ, ਕੁਛ ਇਸ਼ੂ ਹੋ ਗਿਆ ਸਾਡੀ ਬਿਲਡਿੰਗ ਦੇ ਵਿੱਚ ਐਕਚੁਅਲੀ, ਤਾਂ ਕਰਕੇ ਅਸੀਂ ਥੋੜਾ ਜਿਹਾ ਨੈਟ ਇਸ਼ੂ ਹੈ, ਤਾਂ ਤੁਹਾਨੂੰ ਜਲਦੀ ਕੋਸ਼ਿਸ਼ ਕਰਾਂਗੇ ਇਹ ਵੀਡੀਓ ਮਿਲ ਜਾਏ, ਔਰ ਜਦੋਂ ਵੀ ਵੀਡੀਓ ਮਿਲਦੀ ਹੈ ਪਤਾ ਨਹੀਂ ਉਦੋਂ ਤੱਕ ਕੀ ਇੰਪਲੀਮੈਂਟੇਸ਼ਨ ਹੋਣਗੀਆਂ, ਪਰ ਅੱਜ ਸ਼ਾਮ ਨੂੰ ਇੱਕ ਮੀਟਿੰਗ ਹੈ ਜਿਹਦੇ ਵਿੱਚ ਇਹ ਚਰਚਾ ਹੋਣ ਜਾ ਰਹੀ ਹੈ ਕਿ ਕੀ ਮਲੇਸ਼ੀਆ ਦੇ ਵਿੱਚ ਪ੍ਰੋਪਰ ਲੋਕਡਾਊਨ ਦੀ ਜ਼ਰੂਰਤ ਹੈਗੀਆਂ ਨੇ, ਤਾਂ ਅਸੀਂ ਇਹੀ ਕਹਾਂਗੇ, ਰਿਕੁਐਸਟ ਕਰਾਂਗੇ ਚਾਹੇ ਤੁਸੀਂ ਮਲੇਸ਼ੀਆ ਚੋਂ ਚਾਹੇ ਬਾਹਰ, ਪਲੀਜ਼ ਸਾਰੇ ਰੂਲਸ ਨੂੰ ਫੋਲੋ ਕਰੋ ਆਪਣੀ ਔਰ ਆਪਣੇ ਆਸ ਪਾਸ ਹਰ ਇੱਕ ਦੀ ਸਿਹਤ ਦਾ ਧਿਆਨ ਰੱਖੋ, ਤੇ ਬਾਕੀ ਸਾਡੇ ਬਲੌਗਰ ਆਉਂਦੇ ਰਹਿਣਗੇ, ਕਿਸੇ ਨੂੰ ਵੀ ਟੈਨਸ਼ਨ ਨਹੀਂ ਲੈਣੀ, ਜਿਨ੍ਹਾਂ ਨੇ ਸਾਡੀ ਟੈਨਸ਼ਨ ਲਿੱਤੀ ਉਹਨਾਂ ਦਾ ਤਹਿ ਦਿਲੋਂ ਧੰਨਵਾਦ, ਤੇ ਜਿਨ੍ਹਾਂ ਨੇ ਬੜੀ ਖੁਸ਼ੀ ਮਨਾਈ ਕਿ 4 ਦਿਨ ਕੀ ਚਾਂਦਨੀ ਫਿਰ ਅੰਧੇਰੀ ਰਾਤ ਕਿ ਉਹ ਬਹਿ ਗਏ ਚੰਡੇ ਹੋ ਕੇ, ਤੁਹਾਨੂੰ ਪਤਾ ਹੈ ਮੂੰਹ ਤੇ ਨਹੀਂ ਕਿਹਾ, ਕਈਆਂ ਦੇ ਮਨ ਚ ਹੋਊਗਾ, ਕਹਿ ਨਹੀਂ ਸਕਦੇ, ਸਲੂਟ ਤੁਹਾਨੂੰ ਵੀ ਕਿ ਅਸੀਂ ਬਹਿ ਗਏ, ਕਿਉਂਕਿ ਅਸੀਂ ਤਾਂ ਚੈਨਲ ਤੁਹਾਡੇ ਨਾਲ ਹੀ ਆ ਤੇ ਸਾਰਿਆਂ ਨਾਲ ਹੀ ਆ, ਪਰ ਜਿਨ੍ਹਾਂ ਨੇ ਸਮਝਣਾ ਉਹ ਸਮਝ ਹੀ ਨਹੀਂ ਲੈਣਗੇ, ਮੈਂ ਤਾਂ ਚਾਹੁੰਦਾ ਸੀ ਪਹਿਲਾਂ ਮੈਂ ਕਵਾਂ ਕਈ ਲੋਕ ਭਾਜੀ ਸੋਚਦੇ ਹੋਣਗੇ ਕਿ ਅਸੀਂ ਵੇਖਾਂਗੇ ਤਾਂ ਹੀ ਵੀ ਹੋਣਗੇ, ਤੁਸੀਂ ਏਦਾਂ ਨਾ ਸੋਚਿਆ ਕਰੋ, ਅਸੀਂ ਤੁਹਾਡੇ ਨਾਲ ਆ, ਤਾਂ ਉਹਨਾਂ ਨੂੰ ਵੀ ਸਾਡੇ ਵੱਲੋਂ ਥੈਂਕ ਯੂ, ਬਾਕੀ ਅਸੀਂ ਇਹੀ ਕਹਾਂਗੇ ਜੋ ਲੋਕ ਦੇਖਦੇ ਸਾਨੂੰ ਬਹੁਤ ਖੁਸ਼ੀ ਹੁੰਦੀ ਦਿਨੋਂ, ਪਰ ਜੋ ਲੋਕ ਸੋਚਦੇ ਆ ਕਿ ਅਸੀਂ ਨਹੀਂ ਦੇਖਣਾ ਤਾਂ ਉਹ ਤੁਹਾਡੀ ਇੱਛਾ, ਅਸੀਂ ਤੁਸੀਂ ਤੁਹਾਡੇ ਘਰੇ ਆ ਕੇ ਤਾਂ ਅਸੀਂ ਪ੍ਰੈਸ ਨਹੀਂ ਕਰ ਸਕਦੇ ਕਿ ਤੁਸੀਂ ਸਬਸਕ੍ਰਾਈਬ ਕਰੋ, ਜੇ ਕੋਈ ਜੋ ਵੀ ਆ ਕਹਿੰਦੇ ਹੁੰਦੇ ਨਾ ਰੱਬ ਦੇਣ ਵਾਲਾ ਤੇ ਕੋਈ ਨਹੀਂ ਰੋਕ ਸਕਦਾ, ਸਾਡਾ ਸਾਰਿਆਂ ਦਾ ਸਾਥ, ਅਸੀਂ ਬਹੁਤ ਖੁਸ਼ ਹਾਂ ਇਸ ਚੀਜ਼ ਨਾਲ, ਜਦੋਂ ਅਸੀਂ ਇੰਸਟਾਗ੍ਰਾਮ ਤੇ ਸਪੈਸ਼ਲੀ ਜਦੋਂ ਮੈਸੇਜਸ ਦੇਖਦੇ ਨਾ ਕਿ ਆ ਸਾਨੂੰ ਸਾਰੇ ਲੋਕ ਇੰਨਾ ਮਿਸ ਕਰ ਰਹੇ ਆ, ਤਾਂ ਹੁਣ ਕਿਉਂ ਨਾ ਇੱਕ ਵਲੌਗ ਬਣਾਇਆ ਜਾਵੇ, ਸ਼ੁਰੂਆਤ ਕੀਤੀ ਜਾਵੇ, ਹਾਲਾਂਕਿ ਮੈਂ ਉਸ ਦਿਨ ਵੀਡੀਓ ਸੰਧੂ ਜੀ ਦਾ ਵੀ ਆਇਆ ਜਦੋਂ ਕਹਿੰਦੇ ਮੈਂ ਕਿਹਾ ਇੱਕ ਦਿਨ ਚ ਫਿਰ ਵੀ ਬਹੁਤ ਲੇਟ ਹੋ ਚੁੱਕਿਆ, ਕਿਉਂਕਿ ਸਾਨੂੰ ਅਸੀਂ ਸਾਡੀ ਜੋ ਪ੍ਰਾਇਰਟੀ ਅਸੀਂ ਪਹਿਲਾਂ ਕੰਪਲੀਟ ਕਰੀ ਉਹ ਹੋ ਗਈ ਹੈ, ਤਾਂ ਹੁਣ ਤੁਸੀਂ ਦੇਖੋ ਕਲਿੱਪ ਬਾਲਕਨੀ ਤੋਂ ਜਿਹੜਾ ਅਸੀਂ ਬਣਾਇਆ ਥੋੜੀ ਦੇਰ ਪਹਿਲਾਂ, ਬਾਲਕਨੀ ਤੇ ਨਾਲ ਜੋ ਥੱਲੇ ਹੈਗਾ ਗਰਾਊਂਡ ਫਲੋਰ ਵਾਲਾ, ਤੁਹਾਨੂੰ ਰੈਸਟੋਰੈਂਟ ਦਾ ਥੋੜਾ ਛੋਟਾ ਜਿਹਾ ਕਲਿੱਪ ਦਿਖਾਵਾਂਗੇ, ਜ਼ਿਆਦਾ ਨਹੀਂ ਬਣਾਵਾਂਗੇ ਕਿਉਂਕਿ ਜ਼ਿਆਦਾ ਬਣਾਵਾਂਗੇ ਸਿਚੁਏਸ਼ਨ ਇੰਨੀ ਬੈਡ ਆ, ਕਈ ਵਾਰ ਦੇਖਣ ਵਾਲਾ ਵੀ ਫੀਲ ਕਰਦਾ ਕਿ ਇੱਥੇ ਸਿਚੁਏਸ਼ਨ ਚੱਲ ਰਹੀ ਹੈ ਤੇ ਵੀਡੀਓ ਬਣਾ ਰਹੇ ਆ, ਤਾਂ ਥੋੜਾ ਜਿਹਾ ਬਣਾਵਾਂਗੇ, ਠੀਕ ਹੈ, ਥੋੜਾ ਜਿਹਾ ਤੁਹਾਨੂੰ ਦਿਖਾ ਦਾਂਗੇ ਕਿਉਂਕਿ ਮੇਨਲੀ ਤਾਂ ਡਾਈਨਿੰਗ ਬੰਦ ਹੋਇਆ, ਬਾਕੀ ਇਕਨੋਮਿਕ ਸੈਕਟਰ ਥੱਲੇ ਤੱਕ ਤਾਂ ਖੁੱਲਿਆ, ਇਨ ਫਿਊਚਰ ਕੀ ਹੁੰਦਾ ਪਤਾ ਨਹੀਂ, ਤਾਂ ਆ ਜਾਓ ਹੁਣ ਚੱਲਦੇ ਹਾਂ, ਇੱਕ ਕਿਉਂਕਿ ਥੋੜਾ ਸਮਾਨ ਵੀ ਲੈ ਕੇ ਆਉਣਾ, ਤਾਂ ਹੀ ਸੋਚਿਆ ਵਲੌਗ ਸ਼ੂਟ ਕਰ ਲਈਏ, ਬਾਕੀ ਆਪਾਂ ਉੱਪਰ ਆ ਕੇ ਫਿਰ ਗੱਲਾਂ ਕਰਾਂਗੇ। Thank you.
ਤੁਸੀਂ ਦੇਖਿਆ ਕਿ ਨੀਚੇ ਕਿੱਦਾਂ ਬਾਜ਼ਾਰ ਦੇ ਵਿੱਚ ਕੋਈ ਰੇਅਰ ਰੇਅਰ ਬੰਦਾ ਕੋਈ ਉਹਦਾ ਰੌਣਕ ਨਹੀਂ ਹੈਗੀ। ਜੇਕਰ ਤੁਹਾਡਾ ਪਹਿਲਾ ਵਲੌਗ ਦੇਖਿਆ ਹੋਏਗਾ ਹਾਊਸ ਕੀਪਰ ਵਾਲਾ, ਤੁਹਾਨੂੰ ਪਤਾ ਹੈਗਾ ਨੀਚੇ ਕਿੰਨੀਆਂ ਰੌਣਕਾਂ ਹੁੰਦੀਆਂ, ਬਟ ਅੱਜ ਕੋਈ ਕੋਈ ਸੀਗਾ ਕਿਉਂਕਿ ਆਫਕੋ ਬਹੁਤ ਜ਼ਿਆਦਾ ਕੇਸਿਸ ਵੱਧ ਰਹੇ ਤੇ ਲੋਕੀ ਘੱਟ ਨਿਕਲ ਰਹੇ, ਸਿਰਫ ਆਪਣੀਆਂ ਅਸੈਂਸ਼ੀਅਲ ਲੈ ਕੇ ਨਿਕਲਦੇ ਹੋ ਫਿਰ ਘਰ ਵਾਪਸ ਚਲੇ ਜਾਂਦੇ ਆ, ਤੇ ਇੰਤਜ਼ਾਰ ਨਹੀਂ ਕੀਤਾ। ਤਾਂ ਉਸ ਤੋਂ ਬਾਅਦ ਅਸੀਂ ਤੁਸੀਂ ਦੇਖ ਲਿਆ ਹੈਗਾ ਵੈਸੇ ਹਲੇ ਤੱਕ ਅਸੀਂ ਇੱਕ ਸ਼ਾਰਟ ਵੀਡੀਓ ਪਾਈ ਹੈ, ਸਾਡੇ ਛੋਟਾ ਜਿਹਾ ਕੈਂਟ ਹੈ, ਅਸੀਂ ਇਸ ਚੀਜ਼ ਦੇ ਉੱਤੇ ਕੰਮ ਵੀ ਕਰਾਂਗੇ, ਤੁਸੀਂ ਅਸੀਂ ਰੀਲਸ ਵੀ ਕਹਿੰਦੇ ਹੋ। ਤਾਂ ਤੁਸੀਂ ਪਲੀਜ਼ ਅਗਰ ਉਸ ਵੀਡੀਓ ਨੂੰ ਤੱਕ ਨਹੀਂ ਦੇਖਿਆ ਸ਼ਾਰਟ ਵੀਡੀਓ ਨੂੰ ਜ਼ਰੂਰ ਦੇਖੋ, ਕਿਉਂਕਿ ਅਸੀਂ ਨੀਚੇ ਆ ਕੇ ਹਮੇਸ਼ਾ ਅਸੀਂ ਬਾਤ ਲੈਂਦੇ ਹਾਂ, ਅਸੀਂ ਕਿਉਂ ਸ਼ਾਵਰ ਲੈਂਦੇ ਹਾਂ ਕਿਉਂਕਿ ਤਾਂ ਚੀਜ਼ਾਂ ਖਤਮ ਹੋ ਜਾਣ, ਤਾਂ ਕਿ ਨਾ ਆਏ ਫਿਰ ਥੋੜ੍ਹਾ ਸੌਂ ਗਏ ਸੀਗੇ, ਤਾਂ ਹੁਣ ਉੱਠੇ ਹਾਂ ਤਾਂ ਫਿਰ ਅਸੀਂ ਤੁਸੀਂ ਤੁਹਾਡਾ ਲਾਈਵ ਵਾਲੀ ਗੱਲ ਕਰ ਲਈਏ ਤੇ ਵਲੌਗ ਨੂੰ ਕਰਦੇ ਹਾਂ ਫਾਈਟ ਪੀ ਆਈ। ਅਗਲੇ ਵਲੌਗ ਦੇ ਵਿੱਚ ਜਲਦੀ ਮਿਲਾਂਗੇ, ਅੱਜ ਕੁਛ ਬਸ ਦੁਨੀਆ ਗੱਲਾਂ ਕਰਨ ਲਈ ਤੁਹਾਡਾ ਵਲੌਗ ਬਣਾਇਆ ਸੀ, ਕੁਛ ਖਾਸ ਕਰਨ ਲਈ ਵਲੌਗ ਨਹੀਂ ਬਣਾਇਆ। ਨੈਕਸਟ ਟਾਈਮ ਅਸੀਂ ਵਲੌਗ ਕੁਛ ਅੱਛਾ ਲੈ ਕੇ ਕੋਈ ਵੀ ਫਿਰ ਲੈ ਕੇ ਆਵਾਂਗੇ, ਹੁਣ ਹਰ ਵਲੌਗ ਕੁਛ ਡਿਫਰੈਂਟ ਹੋਏਗਾ, ਕੁਛ ਅਲੱਗ ਹੋਏਗਾ, ਤੁਹਾਨੂੰ ਰਿਪੀਟ ਨਹੀਂ ਮਿਲੇਗਾ। ਘਰ ਰਹਿ ਕੇ ਜਿੰਨਾ ਕਰ ਸਕਦੇ ਹਾਂ ਕਰਨ ਦੀ ਕੋਸ਼ਿਸ਼ ਕਰਾਂਗੇ। ਇੱਕ ਨਿਊ ਅਪਡੇਟ ਦੇ ਦਿੰਦੇ ਹਾਂ ਕਿ ਹੁਣ ਮਲੇਸ਼ੀਆ ਦੇ ਵਿੱਚ ਇੱਕ ਨਵਾਂ ਐਸ ਓ ਪੀ ਲਾਗੂ ਹੋ ਚੁੱਕਾ ਹੈ, ਉਹ ਇਹ ਹੈ ਕਿ ਸਟ੍ਰਿਕਟ ਐਸ ਓ ਪੀ ਮਤਲਬ ਹੋਰ ਜ਼ਿਆਦਾ ਸਖ਼ਤਾਈ ਹੋ ਜਾ ਰਹੀ ਹੈ, ਜਿਹੜੀਆਂ ਚੀਜ਼ਾਂ ਫਾਰਮੇਸੀ 7-Eleven ਸ਼ੈਲ ਮੈਕਡੋਨਲਡ ਜਿਹੜੇ ਵੀ ਬ੍ਰਾਂਡਸ ਹੈ ਜਾਂ ਜਿਹੜੇ ਵੀ ਤੁਸੀਂ ਜਿੰਨੇ ਸਾਡੇ ਰੈਸਟੋਰੈਂਟ ਦੇਖ ਰਹੇ ਸੀ ਉਹ ਸਾਰੇ 24 ਘੰਟੇ ਖੁੱਲ੍ਹੇ ਰਹਿੰਦੇ ਸੀ, ਲਾਈਕ 24 ਆਵਰ ਓਪਨ ਹੁੰਦੇ ਸੀ, ਪਰ ਹੁਣ ਇਹਨਾਂ ਨੇ ਕਾਫ਼ੀ ਟਾਈਮ ਤੋਂ ਇਹਨਾਂ ਨੇ ਕੀ ਕੀਤਾ ਸੀ ਸਿਰਫ 10 ਵਜੇ ਤੱਕ ਕੀਤੀ ਹੋਈ ਸੀ, ਪਰ ਅੱਜ ਹੁਣ 1 ਘੰਟਾ ਪਹਿਲਾਂ ਇੱਕ ਹੋਰ ਐਸ ਓ ਪੀ ਆ ਚੁੱਕੀ ਹੈ ਕਿ ਸਵੇਰੇ 8 ਵਜੇ ਦੁਕਾਨਾਂ ਖੁੱਲ ਸਕਦੀ ਹੈ ਔਰ ਰਾਤ ਨੂੰ 8 ਵਜੇ ਦੁਕਾਨਾਂ ਬੰਦ ਹੋ ਜਾਂਦੀਆਂ, ਮਤਲਬ ਹੋਰ ਸਖ਼ਤਾਈ ਹੋਣੀ ਸ਼ੁਰੂ ਹੋਈ ਹੈ। ਤੂੰ ਕੰਮ ਕੀਤਾ ਆ ਕੇ ਸ਼ੂਟ ਕੀਤਾ ਮੰਮਾ ਨਾਲ ਜਿਵੇਂ ਪਾਪਾ ਨੇ ਕੀਤਾ ਸੀ? ਥੈਂਕ ਯੂ। ਹੁਣ ਆਪਾਂ ਬਾਹਰ ਚੱਲ ਕੇ ਸ਼ੂਟ ਕਰੀਏ। ਓਕੇ, ਬਾਏ ਬਾਏ।